ਲੇਗਾ ਭਾਗੇਗਾ 바ਦਾ 올 ਜੀਜ਼ਸ ਕੇ ਲਿਏ ਕੁਝ ਵੀ ਕਰੇਗਾ ਆਮਨ ਮੈਨੋਵਾਲਸੀ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਹੋਈ ਵੱਡੀ ਖਬਰ ਇਸ ਵੇਲੇ ਦੀ ਪਟਿਆਲਾ ਜੇਲ੍ਹ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਅਚਾਨਕ ਤਬੀਅਤ ਖਰਾਬ ਹੋਈ ਜਾਂ ਸਿਹਤ ਖਰਾਬ ਹੋਈ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਹਸਪਤਾਲ ਲੈ ਕੇ ਜਾਇਆ ਜਾ ਰਿਹਾ ਜਿੱਥੇ ਉਹਨਾਂ ਦੇ ਟੈਸਟ ਹੋਣਗੇ ਮੈਡੀਕਲ ਵੀ ਕਰਵਾਇਆ ਜਾ ਸਕਦਾ ਹੈ ਤਾਂ ਨਵਜੋਤ ਸਿੰਘ ਸਿੱਧੂ ਰਜਿੰਦਰਾ ਹਸਪਤਾਲ ਦੇ ਵਿੱਚ ਲੈ ਕੇ ਆਇਆ ਜਾ ਰਿਹਾ ਉਹਨਾਂ ਨੂੰ ਪਹੁੰਚ ਚੁੱਕੇ ਨੇ ਨਵਜੋਤ ਸਿੰਘ ਸਿੱਧੂ ਰਜਿੰਦਰਾ ਹਸਪਤਾਲ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਰਜਿੰਦਰਾ ਹਸਪਤਾਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਪਹੁੰਚ ਚੁੱਕੇ ਨੇ ਪਟਿਆਲਾ ਜੇਲ੍ਹ ਤੋਂ ਲੈ ਕੇ ਆਇਆ ਗਿਆ ਨਵਜੋਤ ਸਿੰਘ ਸਿੱਧੂ ਨੂੰ ਸਿਹਤ ਖਰਾਬ ਹੋਈ ਅਚਾਨਕ ਸਿਹਤ ਖਰਾਬ ਹੁੰਦੀ ਹੈ ਨਵਜੋਤ ਸਿੰਘ ਸਿੱਧੂ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਚੈੱਕਅਪ ਵਾਸਤੇ ਲਿਆਂਦਾ ਗਿਆ ਤੇ ਨਾਲ ਦੀ ਨਾਲ ਮੈਡੀਕਲ ਵੀ ਕਰਵਾਇਆ ਜਾ ਸਕਦਾ ਹੈ ਦੱਸਣ ਯੋਗ ਹੈ ਕਿ ਗ੍ਰਿਫਤਾਰੀ ਹੋਣ ਤੋਂ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਨੇ ਪ੍ਰਸ਼ਾਸਨ ਨੂੰ ਆਖਿਆ ਸੀ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਇਸ ਦੇ ਕਾਰਨ ਉਹਨਾਂ ਨੇ ਕੋਰਟ ਦੇ ਕੋਲੋਂ ਵੀ ਵਕਫਾ ਮੰਗਿਆ ਸੀ ਕਿ ਉਹਨਾਂ ਨੂੰ ਵਧੇਰੇ ਸਮਾਂ ਦਿੱਤਾ ਜਾਵੇ ਇੱਕ ਹਫ਼ਤੇ ਦਾ ਵਾਧ ਟਾਈਮ ਮੰਗ ਰਏ ਸੀ ਨਵਜੋਤ ਸਿੰਘ ਸਿੱਧੂ ਕਿ ਇੱਕ ਹਫ਼ਤੇ ਬਾਅਦ ਸਰੈਂਡਰ ਕਰਨਾ ਚਾਹੁੰਦੇ ਨੇ ਸਿਹਤ ਕਾਰਨਾਂ ਕਰਕੇ ਉਹਨਾਂ ਨੇ ਇਹ ਮੰਗ ਕੀਤੀ ਸੀ ਪਰ ਉਦੋਂ ਉਹ ਮੰਗ ਦੇ ਉੱਤੇ ਪ੍ਰਵਾਨਗੀ ਨਹੀਂ ਮਿਲੀ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਤੇ ਹੁਣ ਜੇਲ੍ਹ ਦੇ ਅੰਦਰ ਸਿੱਧੂ ਦੀ ਤਬੀਅਤ ਖਰਾਬ ਹੋਈ ਆ ਜਿਸ ਤੋਂ ਬਾਅਦ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਲਿਆਂਦਾ ਗਿਆ ਨਵਜੋਤ ਸਿੰਘ ਸਿੱਧੂ ਚੈੱਕ ਅਪ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਮੈਡੀਕਲ ਵੀ ਅੱਜ ਕਰਵਾਇਆ ਜਾ ਸਕਦਾ ਕੰਪਲੀਟ ਮੈਡੀਕਲ ਜਿਸ ਤੋਂ ਬਾਅਦ ਜਿਹੜਾ ਕੀ ਹੈ ਖਾਸ ਤੌਰ ਤੇ ਕੋਈ ਨਵਾਂ ਫੈਸਲਾ ਵੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆ ਸਕਦਾ ਹੈ ਪਹਿਲਾਂ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਖਾਸ ਤੌਰ ਤੇ ਡਾਕਟਰਾਂ ਦੀ ਟੀਮ ਵੱਲੋਂ ਜੋ ਹਦਾਇਤ ਦਿੱਤੀ ਗਈ ਉਹੀ ਡਾਇਟ ਖਾਸ ਖਾਣਾ ਨਵਜੋਤ ਸਿੰਘ ਸਿੱਧੂ ਨੂੰ ਮੁਹੱਈਆ ਕਰਵਾਇਆ ਗਿਆ ਕਿਉਂਕਿ ਨਵਜੋਤ ਸਿੰਘ ਸਿੱਧੂ ਸਿਹਤ ਕਾਰਨਾਂ ਕਰਕੇ ਉਹਨਾਂ ਨੇ ਇਹ ਮੰਗ ਰੱਖੀ ਸੀ ਕਿ ਖਾਸ ਡਾਈਟ ਉਹਨਾਂ ਨੂੰ ਦਿੱਤੀ ਜਾਵੇ ਤਾਂ ਡਾਕਟਰਾਂ ਦੀ ਜਿਹੜਾ ਕੀ ਹੈ ਡਾਕਟਰਾਂ ਦੀ ਰੈਫਰੈਂਸ ਦੇ ਉੱਤੇ ਉਹਨਾਂ ਦੀ ਮੰਗ ਮੰਗੀ ਗਈ ਤਾਂ ਜੇਲ੍ਹ ਦੇ ਵਿੱਚ ਉਹਨਾਂ ਨੂੰ ਖਾਸ ਡਾਈਟ ਵੀ ਦਿੱਤੀ ਜਾ ਰਹੀ ਹੈ ਪਰ ਸਭ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਦੀ ਸਿਹਤ ਖਰਾਬ ਹੋਈ ਹੈ ਪਟਿਆਲਾ ਜੇਲ੍ਹ ਦੇ ਵਿੱਚ ਤੇ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲੈ ਕੇ ਆਂਦਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਵਜੋਤ ਸਿੰਘ ਸਿੱਧੂ ਤੁਹਾਡੇ ਸਕਰੀਨ ਦੇ ਉੱਤੇ ਜਿੰਦਰਾ ਹਸਪਤਾਲ ਦੇ ਵਿੱਚ ਲਿਆਂਦੇ ਗਏ ਨੇ ਜਿੱਥੇ ਉਹਨਾਂ ਦਾ ਚੈੱਕਅਪ ਕੀਤਾ ਜਾਣਾ ਤਾਂ ਕੋਰਟ ਦੇ ਵਿੱਚ ਡਾਕਟਰਾਂ ਦੀ ਮਾਹਿਰਾਂ ਦੀ ਟੀਮ ਕੋਰਟ ਦੇ ਵਿੱਚ ਵੀ ਆਪਣੀ ਰਿਪੋਰਟ ਜਿਹੜੀ ਆ ਉਹ ਜਮ੍ਹਾਂ ਕਰਾਏਗੀ ਸਬਮਿਟ ਕਰਾਏਗੀ ਕੋਰਟ ਦੇ ਵਿੱਚ ਵੀ ਡਾਕਟਰਾਂ ਦੀ ਟੀਮ ਨਵਜੋਤ ਸਿੰਘ ਦੀ ਸਿੱਧੂ ਨਵਜੋਤ ਸਿੰਘ ਸਿੱਧੂ ਦੀ ਸਿਹਤ ਨੂੰ ਲੈ ਕੇ ਜਿਹੜਾ ਕੀ ਹੈ ਰਿਪੋਰਟ ਜਮ੍ਹਾਂ ਕਰਾਈ ਜਾਏਗੀ ਤਾਂ ਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਲਿਆਂਦਾ ਗਿਆ ਤਾਂ ਉੱਥੇ ਹੀ ਇੱਕ ਵੱਡੀ ਜਾਣਕਾਰੀ ਸਿੱਧ ਦੇ ਨਾਲ ਨਾਲ ਸੁਰੱਖਿਆ ਨੂੰ ਲੈ ਕੇ ਵੀ ਸਾਹਮਣੇ ਆਈ ਕਿਹਾ ਗਿਆ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਵਾਪਸ ਲੈ ਲਈ ਜਾਵੇਗੀ तकरीबन 45 ਦੇ ਕਰੀਬ ਸੁਰੱਖਿਆ ਗਾਰਡ ਨਵਜੋਤ ਸਿੰਘ ਸਿੱਧੂ ਦੇ ਨਾਲ ਤਾਇਨਾਤ ਹੁੰਦੇ ਨੇ ਪਰ ਹੁਣ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸਭ ਗਲਤ ਹੈ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਉਸੇ ਤਰੀਕੇ ਕਾਇਮ ਰਹੇਗੀ ਜੇਕਰ ਨਵਜੋਤ ਸਿੰਘ ਸਿੱਧੂ ਫਰਲੋ ਜਾਂ ਪਰੋਲ ਤੇ ਵੀ ਬਾਹਰ ਆਉਂਦੇ ਨੇ ਤਾਂ ਜੇਲ੍ਹ ਦੇ ਗੇਟ ਤੋਂ ਹੀ ਉਹਨਾਂ ਦੇ ਨਾਲ ਉਸੇ ਤਰੀਕੇ ਜੱਡ ਪਲੱਸ ਸੁਰੱਖਿਆ ਜਿਹੜੀ ਹੈ 45 ਸੁਰੱਖਿਆ ਕਰਮੀ ਉਹਨਾਂ ਦੇ ਨਾਲ ਜੇਲ੍ਹ ਦੇ ਗੇਟ ਤੋਂ ਹੀ ਤਨਾਤ ਹੋਣਗੇ ਮੁਰ ਤੋਂ ਸੁਰੱਖਿਆ ਉਹਨਾਂ ਦੀ ਵਾਪਸ ਨਹੀਂ ਲਈ ਜਾਵੇਗੀ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਇਹ ਵੀ ਵੱਡੀ ਖਬਰ ਹੈ ਸੇਤ ਦੇ ਨਾਲ-ਨਾਲ ਸੁਰੱਖਿਆ ਨੂੰ ਲੈ ਕੇ ਵੀ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 45 ਦੇ 45 ਸੁਰੱਖਿਆ ਗਾਰਡ ਨਵਜੋਤ ਸਿੰਘ ਸਿੱਧੂ ਦੇ ਨਾਲ ਹੀ ਰਹਿਣਗੇ ਜੇਕਰ ਫਰਲੋ ਜਾਂ ਪਰੋਲ ਤੋਂ ਵੀ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਨੇ ਨਵਜੋਤ ਸਿੰਘ ਸਿੱਧੂ ਤਾਂ ਜੇਲ੍ਹ ਦੇ ਗੇਟ ਤੋਂ ਹੀ ਇਹ 45 ਦੇ 45 ਸੁਰੱਖਿਆ ਕਰਮੀ ਨਵਜੋਤ ਸਿੰਘ ਸਿੱਧੂ ਦੇ ਨਾਲ ਤਨਾਤ ਹੋਣਗੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਜੇਲ੍ਹ ਦੇ ਵਿੱਚ ਨੇ ਤਾਂ ਦੋ ਸੁਰੱਖਿਆ ਕਰਮੀ ਉਹਨਾਂ ਦੇ ਘਰ ਦੇ ਬਾਹਰ ਵੀ ਹਮੇਸ਼ਾ ਤਨਾਤ ਰਹਿਣਗੇ ਤਾਂ ਪਹਿਲਾਂ ਚਰਚਾ ਦੇ ਵਿੱਚ ਜੋ ਗੱਲ ਆਈ ਸੀ ਉਹ ਗੱਲ ਤਾਂ ਕਿ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਜੱਟ ਪਲੱਸ ਰੱਖਿਆ ਨਵਜੋਤ ਸਿੰਘ ਸਿੱਧੂ ਦੀ ਉਸੇ ਤਰੀਕੇ ਕਾਇਮ ਰਹੇਗੀ ਤਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਸੁਰੱਖਿਆਦਾਰੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂਰਜਿੰਦਰਾ ਹਸਪਤਾਲ ਲੈ ਕੇ ਆਂਦਾ ਗਿਆ ਸਿਹਤ ਖਰਾਬ ਹੋਈਆ ਸੇਤ ਕਾਰਨਾ ਕਰਕੇ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਕੋਰਟ ਕੋਲੋਂ ਵੱਧ ਸਮਾਂ ਮੰਗ ਰਏ ਸੀ ਸਰੈਂਡਰ ਕਰਨ ਵਾਸਤੇ ਇੱਕ ਹਫਤਾ ਹੋਰ ਮੰਗ ਰਏ ਸੀ ਨਵਜੋਤ ਸਿੰਘ ਸਿੱਧੂ ਕਿਹਾ ਸੀ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਜਿਸ ਤੋਂ ਬਾਅਦ ਹਾਲਾਂਕਿ ਉਹਨਾਂ ਦੀ ਮੰਗ ਪ੍ਰਵਾਨਗੀ ਨਹੀਂ ਮਿਲੀ ਉਹਨਾਂ ਦੀ ਮੰਗ ਨੂੰ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਭੇਜੇ ਗਏ ਤਾਂ ਪਟਿਆਲਾ ਜੇਲ੍ਹ ਦੇ ਵਿੱਚ ਸਿਹਤ ਖਰਾਬ ਹੋਈ ਜਿਸ ਤੋਂ ਬਾਅਦ ਹੁਣ ਇਸ ਵੇਲੇ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਰਜਿੰਦਰਾ ਹਸਪਤਾਲ ਤੋਂ ਨੇ ਜਿੱਤੇ ਨਵਜੋਤ ਸਿੰਘ ਸਿੱਧੂ ਦਾ ਚੈੱਕਅਪ ਕੀਤਾ ਜਾਣਾ ਹੈ ਕੰਪਲੀਟ ਮੈਡੀਕਲ ਵੀ ਹੋਏਗਾ ਜਿਸ ਤੋਂ ਬਾਅਦ ਡਾਕਟਰਾਂ ਦੀ ਮਾਹਰਾਂ ਦੀ ਟੀਮ ਕੋਰਟ ਦੇ ਵਿੱਚ ਆਪਣੀ ਰਿਪੋਰਟ ਸਬਮਿਟ ਕਰੇਗੀ ਰਿਪੋਰਟ ਜਮ੍ਹਾਂ ਕਰਾਏਗੀ ਨਵਜੋਤ ਸਿੰਘ ਸਿੱਧੂ ਦੀ ਸਿਹਤ ਨੂੰ ਲੈ ਕੇ ਜੇਲ੍ਹ ਦੇ ਵਿੱਚ ਹੁੰਦਿਆ ਖਾਸ ਡਾਈਟ ਖਾਸ ਖਾਣਕ ਨੂੰ ਦੀ ਮੰਗ ਵੀ ਕੀਤੀ ਗਈ ਸੀ ਸਿੱਧੂ ਵੱਲੋਂ ਜਿਸ ਉੱਤੇ ਮਾਹਰਾਂ ਨੇ ਮਾਹਰਾਂ ਨੇ ਇਹ ਰੈਫਰੈਂਸ ਦਿੱਤੀ ਸੀ ਮਾਹਰਾਂ ਦੇ ਕਹਿਣ ਦੇ ਉੱਤੇ ਡਾਕਟਰਾਂ ਦੇ ਕਹਿਣ ਦੇ ਉੱਤੇ ਉਹਨਾਂ ਨੂੰ ਖਾਸ ਡਾਈਟ ਦੇਣ ਦੀ ਪ੍ਰਵਾਨਗੀ ਵੀ ਮਿਲ ਗਈ ਹੈ ਪਰ ਨਵਜੋਤ ਸਿੰਘ ਸਿੱਧੂ ਦੀ ਹੁਣ ਸਿਹਤ ਖਰਾਬ ਹੋਈ ਹੈ ਜਿਸ ਕਰਕੇ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਪਹੁੰਚੇ ਨੇ ਉਹਨਾਂ ਨੂੰ ਲੈ ਕੇ ਆਂਦਾ ਗਿਆ ਜਿੱਥੇ ਉਹਨਾਂ ਦਾ ਚੈੱਕਅਪ ਕੀਤਾ ਜਾ ਰਿਹਾ ਤਾਂ ਉਧਰ ਹੀ ਸੁਰੱਖਿਆ ਦੀ ਗੱਲ ਵੀ ਸਾਹਮਣੇ ਆਈ ਕਿ ਨਵਜੋਤ ਸਿੰਘ ਸਿੱਧੂ ਦੀ ਸਰਕਾਰੀ ਸੁਰੱਖਿਆ ਉਸੇ ਤਰੀਕੇ ਕਾਇਮ ਰਹੇਗੀ 45 ਦੇ 45 ਸੁਰੱਖਿਆ ਗਾਰ ਨਵਜੋਤ ਸਿੰਘ ਸਿੱਧੂ ਦੇ ਨਾਲ ਹੀ ਰਹਿਣਗੇ ਫਰਲੋ ਜਾਂ ਪਰੋਲ ਦੇ ਉੱਤੇ ਵੀ ਜੇਕਰ ਸਿੱਧੂ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਨੇ ਤਾਂ ਜੇਲ੍ਹ ਦੇ ਗੇਟ ਤੋਂ ਹੀ ਇਜ਼ਾਟ ਪਲੱਸ ਰੱਖਿਆ ਹੈ 45 ਦੇ 45 ਗਾਰਡ ਨਵਜੋਤ ਸਿੰਘ ਸਿੱਧੂ ਦੇ ਨਾਲ ਹੀ ਰਹਿਣਗੇ ਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਦੋ ਸੁਰੱਖਿਆ ਕਰਮੀ ਉਹਨਾਂ ਦੇ ਘਰੇ ਤੈਨਾਤ ਰਹਿਣਗੇ ਤਾਂ ਵੱਡੀ ਜਾਣਕਾਰੀ ਨਵਜੋਤ ਸਿੰਘ ਸਿੱਧੂ ਦੀ ਸਿਹਤ ਤੇ ਸੁਰੱਖਿਆ ਦੇ ਨਾਲ ਜੁੜੀ ਹੋਈ ਸਿਹਤ ਵਿਗੜੀ ਹੈ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਜੇਲ੍ਹ ਦੇ ਵਿੱਚ ਜਿਸ ਤੋਂ ਬਾਅਦ ਰਜਿੰਦਰਾ ਹਸਪਤਾਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਂਦਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਿੱਧੀਆਂ ਤਸਵੀਰਾਂ ਨੇ ਰਜਿੰਦਰਾ ਹਸਪਤਾਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਚੈੱਕਅਪ ਤੇ ਮੈਡੀਕਲ ਕੀਤਾ ਜਾਣਾ ਜਿਸ ਤੋਂ ਬਾਅਦ ਡਾਕਟਰਾਂ ਦੀ ਟੀਮ ਮਾਹਰਾਂ ਦੀ ਟੀਮ ਕੋਰਟ ਦੇ ਵਿੱਚ ਰਿਪੋਰਟ ਸਬਮਿਟ ਕਰੇਗੀ ਨਵਜੋਤ ਸਿੰਘ ਸਿੱਧੂ ਦੀ ਸਿਹਤ ਨੂੰ ਲੈ ਕੇ ਤਾਂ 1 ਸਾਲ ਦੀ ਸਜ਼ਾ ਹੋਈ ਸੀ ਰੋਡ ਰੇਜ ਮਾਮਲੇ ਦੇ ਵਿੱਚ 1988 ਰੋਡ ਰੇਜ ਮਾਮਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ 1 ਸਾਲ ਦੀ ਸਜ਼ਾ ਹੁੰਦੀ ਹੈ ਹਾਲਾਂਕਿ ਇਹ ਵੀ ਉਹਨਾਂ ਦੇ ਕੋਲ ਵਿਕਲਪ ਹੈ ਚੰਗਾ ਵਿਵਹਾਰ ਚੰਗੇ ਵਤੀਰੇ ਦੇ ਕਰਕੇ ਵੀ ਨਵਜੋਤ ਸਿੰਘ ਸਿੱਧੂ ਦੀ ਸਜ਼ਾ ਘਟਾਈ ਜਾ ਸਕਦੀ ਹੈ ਤਾਂ ਫਿਲਹਾਲ ਪਟਿਆਲਾ ਜੇਲ੍ਹ ਦੇ ਵਿੱਚ ਰੱਖੇਗਾ ਇਸ ਨਵਜੋਤ ਸਿੰਘ ਸਿੱਧੂ ਜਿੱਥੇ ਸਿਹਤ ਵਿਗੜਨ ਕਰਕੇ ਹੁਣ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਲੈ ਕੇ ਆਂਦਾ ਗਿਆ ਤੇ ਨਾਲ ਦੀ ਨਾਲ ਸੁਰੱਖਿਆ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਕਿ ਸੁਰੱਖਿਆ ਉਸੇ ਤਰੀਕੇ ਕਾਇਮ ਰਹੇਗੀ 45 ਦੇ 45 ਸੁਰੱਖਿਆ ਗਾਰਡ ਫਰ ਲੋਇਆ ਪਰੋਲ ਤੇ ਸਿੱਧੂ ਬਾਹਰ ਆਉਂਦੇ ਨੇ ਤਾਂ ਜੇਲ੍ਹ ਦੇ ਗੇਟ ਤੋਂ ਵੀ ਸਿੱਧੂ ਦੇ ਨਾਲ ਤੁਰਨਗੇ ਸੁਰੱਖਿਆ ਵਾਪਸ ਨਹੀਂ ਲਈ ਗਈ ਦੋ ਸੁਰੱਖਿਆ ਕਰਮੀਆਂ ਉਹਨਾਂ ਦੇ ਘਰੇ ਉਸੇ ਤਰੀਕੇ ਤਨਾਤ ਵੀ ਰਹਿਣਗੇ ਕਬੱਡੀ ਜਾਣਕਾਰੀ ਸਿੱਧੂ ਦੇ ਨਾਲ ਜੁੜੀ ਹੋਈ ਸਿਹਤ ਖਰਾਬ ਹੋਈ ਹੈ ਪਟਿਆਲਾ ਜੇਲ੍ਹ ਦੇ ਵਿੱਚ ਦਰਜਿੰਦਰਾ ਹਸਪਤਾਲ ਲੈ ਕੇ ਆਂਦਾ ਗਿਆ ਸੀ ਪਰ ਉਦੋਂ ਉਹ ਮੰਗ ਦੇ ਉੱਤੇ ਪ੍ਰਵਾਨਗੀ ਨਹੀਂ ਮਿਲੀ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਤੇ ਹੁਣ ਜੇਲ੍ਹ ਦੇ ਅੰਦਰ ਸਿੱਧੂ ਦੀ ਤਬੀਅਤ ਖਰਾਬ ਹੋਈ ਆ ਜਿਸ ਤੋਂ ਬਾਅਦ ਦਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਲਿਆਂਦਾ ਗਿਆ ਨਵਜੋਤ ਸਿੰਘ ਸਿੱਧੂ ਚੈੱਕਅਪ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਮੈਡੀਕਲ ਵੀ ਅੱਜ ਕਰਵਾਇਆ ਜਾ ਸਕਦਾ ਕੰਪਲੀਟ ਮੈਡੀਕਲ ਜਿਸ ਤੋਂ ਬਾਅਦ ਜਿਹੜਾ ਕੀ ਹੈ ਖਾਸ ਤੌਰ ਤੇ ਕੋਈ ਨਵਾਂ ਫੈਸਲਾ ਵੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆ ਸਕਦਾ ਹੈ ਪਹਿਲਾਂ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਖਾਸ ਤੌਰ ਤੇ ਡਾਕਟਰਾਂ ਦੀ ਟੀਮ ਵੱਲੋਂ ਜੋ ਹਦਾਇਤ ਦਿੱਤੀ ਗਈ ਉਹੀ ਡਾਈਟ ਖਾਸ ਖਾਣਾ ਨਵਜੋਤ ਸਿੰਘ ਸਿੱਧੂ ਨੂੰ ਮੁਹੱਈਆ ਕਰਵਾਇਆ ਗਿਆ ਕਿਉਂਕਿ ਨਵਜੋਤ ਸਿੰਘ ਸਿੱਧੂ ਸਿਹਤ ਕਾਰਨਾਂ ਕਰਕੇ ਉਹਨਾਂ ਨੇ ਇਹ ਮੰਗ ਰੱਖੀ ਸੀ ਕਿ ਖਾਸ ਡਾਈਟ ਉਹਨਾਂ ਨੂੰ ਦਿੱਤੀ ਜਾਵੇ ਤਾਂ ਡਾਕਟਰਾਂ ਦੀ ਜਿਹੜਾ ਕੀ ਹੈ ਡਾਕਟਰਾਂ ਦੀ ਰੈਫਰੈਂਸ ਦੇ ਉੱਤੇ ਉਹਨਾਂ ਦੀ ਮੰਗ ਮੰਗੀ ਗਈ ਤਾਂ ਜੇਲ੍ਹ ਦੇ ਵਿੱਚ ਉਹਨਾਂ ਨੂੰ ਖਾਸ ਡਾਈਟ ਵੀ ਦਿੱਤੀ ਜਾ ਰਹੀ ਹੈ ਪਰ ਸਭ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਦੀ ਸਿਹਤ ਖਰਾਬ ਹੋਈ ਹੈ ਪਟਿਆਲਾ ਜੇਲ੍ਹ ਦੇ ਵਿੱਚ ਤੇ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲੈ ਕੇ ਆਂਦਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਵਜੋਤ ਸਿੰਘ ਸਿੱਧੂ ਤੁਹਾਡੀ ਸਕਰੀਨ ਦੇ ਉੱਤੇ ਰਜਿੰਦਰਾ ਹਸਪਤਾਲ ਦੇ ਵਿੱਚ ਲਿਆਂਦੇ ਗਏ ਨੇ ਜਿੱਥੇ ਉਹਨਾਂ ਦਾ ਚੈੱਕਅਪ ਕੀਤਾ ਜਾਣਾ ਤਾਂ ਕੋਰਟ ਦੇ ਵਿੱਚ ਡਾਕਟਰਾਂ ਦੀ ਮਾਹਿਰਾਂ ਦੀ ਟੀਮ ਕੋਰਟ ਦੇ ਵਿੱਚ ਵੀ ਆਪਣੀ ਰਿਪੋਰਟ ਜਿਹੜੀ ਆ ਉਹ ਜਮ੍ਹਾਂ ਕਰਾਏਗੀ ਸਬਮਿਟ ਕਰਾਏਗੀ ਕੋਰਟ ਦੇ ਵਿੱਚ ਵੀ ਡਾਕਟਰਾਂ ਦੀ ਟੀਮ ਨਵਜੋਤ ਸਿੰਘ ਦੀ ਸਿੱਧੂ ਨਵਜੋਤ ਸਿੰਘ ਸਿੱਧੂ ਦੀ ਸਿਹਤ ਨੂੰ ਲੈ ਕੇ ਜਿਹੜਾ ਕੀ ਹੈ ਰਿਪੋਰਟ ਜਮ੍ਹਾਂ ਕਰਾਈ ਜਾਏਗੀ ਤਾਂ ਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਲਿਆਂਦਾ ਗਿਆ ਤਾਂ ਉੱਥੇ ਹੀ ਇੱਕ ਵੱਡੀ ਜਾਣਕਾਰੀ ਸੇਧ ਦੇ ਨਾਲ ਨਾਲ ਸੁਰੱਖਿਆ ਨੂੰ ਲੈ ਕੇ ਵੀ ਸਾਹਮਣੇ ਆਈ ਕਿਹਾ ਗਿਆ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਵਾਪਸ ਲੈ ਲਈ ਜਾਵੇਗੀ तकरीबन 45 ਦੇ ਕਰੀਬ ਸੁਰੱਖਿਆ ਗਾਰਡ ਨਵਜੋਤ ਸਿੰਘ ਸਿੱਧੂ ਦੇ ਨਾਲ ਤਨਾਤ ਹੁੰਦੇ ਨੇ ਪਰ ਹੁਣ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸਭ ਗਲਤ ਹੈ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਉਸੇ ਤਰੀਕੇ ਕਾਇਮ ਰਹੇਗੀ ਜੇਕਰ ਨਵਜੋਤ ਸਿੰਘ ਸਿੱਧੂ ਫਰਲੋ ਜਾਂ ਪਰੋਲ ਤੇ ਵੀ ਬਾਹਰ ਆਉਂਦੇ ਨੇ ਤਾਂ ਜੇਲ੍ਹ ਦੇ ਗੇਟ ਤੋਂ ਹੀ ਉਹਨਾਂ ਦੇ ਨਾਲ ਉਸੇ ਤਰੀਕੇ ਜੈਡ ਪਲਸ ਸੁਰੱਖਿਆ ਜਿਹੜੀ ਹੈ 45 ਸੁਰੱਖਿਆ ਕਰਮੀਆਂ ਨਾਲ ਜੇਲ੍ਹ ਦੇ ਗੇਟ ਤੋਂ ਹੀ ਤਨਾਤ ਹੋਣਗੇ ਮੁਰਤੋਂ ਸੁਰੱਖਿਆ ਉਹਨਾਂ ਦੀ ਵਾਪਸ ਨਹੀਂ ਲਈ ਜਾਵੇਗੀ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਇਹ ਵੀ ਵੱਡੀ ਖਬਰ ਹੈ ਸਿਹਤ ਦੇ ਨਾਲ-ਨਾਲ ਸੁਰੱਖਿਆ ਨੂੰ ਲੈ ਕੇ ਵੀ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 45 ਦੇ 45 ਸੁਰੱਖਿਆ ਗਾਰਡ ਨਵਜੋਤ ਸਿੰਘ ਸਿੱਧੂ ਦੇ ਨਾਲ ਹੀ ਰਹਿਣਗੇ ਜੇਕਰ ਫਰਲੋ ਜਾਂ ਪਰੋਲ ਤੋਂ ਵੀ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਨੇ ਨਵਜੋਤ ਸਿੰਘ ਸਿੱਧੂ ਤਾਂ ਜੇਲ੍ਹ ਦੇ ਗੇਟ ਤੋਂ ਹੀ ਇਹ 45 ਦੇ 45 ਸੁਰੱਖਿਆ ਕਰਮੀ ਨਵਜੋਤ ਸਿੰਘ ਸਿੱਧੂ ਦੇ ਨਾਲ ਤਨਾਤ ਹੋਣਗੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਜੇਲ੍ਹ ਦੇ ਵਿੱਚ ਨੇ ਤਾਂ ਦੋ ਸੁਰੱਖਿਆ ਕਰਮੀ ਉਹਨਾਂ ਦੇ ਘਰ ਤੇ ਬਾਹਰ ਵੀ ਹਮੇਸ਼ਾ ਤਨਾਤ ਰਹਿਣਗੇ ਤਾਂ ਪਹਿਲਾਂ ਚਰਚਾ ਦੇ ਵਿੱਚ ਜੋ ਗੱਲ ਆਈ ਸੀ ਉਹ ਗਲਤ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਜੱਡ ਪਲੱਸ ਰੱਖਿਆ ਨਵਜੋਤ ਸਿੰਘ ਸਿੱਧੂ ਦੀ ਉਸੇ ਤਰੀਕੇ ਕਾਇਮ ਰਹੇਗੀ ਤਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਸੁਰੱਖਿਆਦਾਰੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂਰਜਿੰਦਰਾ ਹਸਪਤਾਲ ਲੈ ਕੇ ਆਂਦਾ ਗਿਆ ਹੈ ਸਿਹਤ ਖਰਾਬ ਹੋਈ ਹੈ ਸਿਹਤ ਕਾਰਨ ਕਰਕੇ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਕੋਰਟ ਕੋਲੋਂ ਵੱਧ ਸਮਾਂ ਮੰਗ ਰਿਹਾ ਸੀ ਸਰੈਂਡਰ ਕਰਨ ਵਾਸਤੇ ਇੱਕ ਹਫਤਾ ਹੋਰ ਮੰਗ ਰਿਹਾ ਸੀ ਨਵਜੋਤ ਸਿੰਘ ਸਿੱਧੂ ਕਿਹਾ ਸੀ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਜਿਸ ਤੋਂ ਬਾਅਦ ਹਾਲਾਂਕਿ ਉਹਨਾਂ ਦੀ ਮੰਗ ਪ੍ਰਵਾਨਗੀ ਨਹੀਂ ਮਿਲੀ ਉਹਨਾਂ ਦੀ ਮੰਗ ਨੂੰ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਭੇਜੇ ਗਏ ਤਾਂ ਪਟਿਆਲਾ ਜੇਲ੍ਹ ਦੇ ਵਿੱਚ ਸਿਹਤ ਖਰਾਬ ਹੋਈ ਜਿਸ ਤੋਂ ਬਾਅਦ ਹੁਣ ਇਸ ਵੇਲੇ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਰਜਿੰਦਰਾ ਹਸਪਤਾਲ ਤੋਂ ਨੇ ਜਿੱਥੇ ਨਵਜੋਤ ਸਿੰਘ ਸਿੱਧੂ ਦਾ ਚੈੱਕਅਪ ਕੀਤਾ ਜਾਣਾ ਹੈ ਕੰਪਲੀਟ ਮੈਡੀਕਲ ਵੀ ਹੋਏਗਾ ਜਿਸ ਤੋਂ ਬਾਅਦ ਡਾਕਟਰਾਂ ਦੀ ਮਾਹਰਾਂ ਦੀ ਟੀਮ ਕੋਰਟ ਦੇ ਵਿੱਚ ਆਪਣੀ ਰਿਪੋਰਟ ਸਬਮਿਟ ਕਰੇਗੀ ਰਿਪੋਰਟ ਜਮ੍ਹਾਂ ਕਰਾਏਗੀ ਨਵਜੋਤ ਸਿੰਘ ਸਿੱਧੂ ਦੀ ਸਿਹਤ ਨੂੰ ਲੈ ਕੇ ਜੇਲ੍ਹ ਦੇ ਵਿੱਚ ਹੁੰਦਿਆ ਖਾਸ ਡਾਈਟ ਖਾਸ ਖਰਾਕ ਨੂੰ ਦੀ ਮੰਗ ਵੀ ਕੀਤੀ ਗਈ ਸੀ ਸਿੱਧੂ ਵੱਲੋਂ ਜਿਸ ਉੱਤੇ ਮਹਾਰਾ ਨੇ ਮਹਾਰਾ ਨੇ ਇਹ ਰੈਫਰੈਂਸ ਦਿੱਤੀ ਸੀ ਮਹਾਰਾ ਦੇ ਕਹਿਣ ਦੇ ਉੱਤੇ ਡਾਕਟਰਾਂ ਦੇ ਕਹਿਣ ਦੇ ਉੱਤੇ ਉਹਨਾਂ ਨੂੰ ਖਾਸ ਡਾਈਟ ਦੇਣ ਦੀ ਪ੍ਰਵਾਨਗੀ ਵੀ ਮਿਲ ਗਈ ਹੱਤ ਪਰ ਨਵਜੋਤ ਸਿੰਘ ਸਿੱਧੂ ਦੀ ਹੁਣ ਸਿਹਤ ਖਰਾਬ ਹੋਈ ਹੈ ਜਿਸ ਕਰਕੇ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਪਹੁੰਚੇ ਨੇ ਉਹਨਾਂ ਨੂੰ ਲੈ ਕੇ ਆਂਦਾ ਗਿਆ ਜਿੱਥੇ ਉਹਨਾਂ ਦਾ ਚੈੱਕਅਪ ਕੀਤਾ ਜਾ ਰਿਹਾ ਤਾਂ ਉਧਰ ਹੀ ਸੁਰੱਖਿਆ ਦੀ ਗੱਲ ਵੀ ਸਾਹਮਣੇ ਆਈ ਕਿ ਨਵਜੋਤ ਸਿੰਘ ਸਿੱਧੂ ਦੀ ਸਰਕਾਰੀ ਸੁਰੱਖਿਆ ਉਸੇ ਤਰੀਕੇ ਕਾਇਮ ਰਹੇਗੀ 45 ਦੇ 45 ਸੁਰੱਖਿਆ ਗਾਰਡ ਨਵਜੋਤ ਸਿੰਘ ਸਿੱਧੂ ਦੇ ਨਾਲ ਹੀ ਰਹਿਣਗੇ ਫਰਲੋ ਜਾਂ ਪਰੋਲ ਦੇ ਉੱਤੇ ਵੀ ਜੇਕਰ ਸਿੱਧੂ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਨੇ ਤਾਂ ਜੇਲ੍ਹ ਦੇ ਗੇਟ ਤੋਂ ਹੀ Z+ ਸੁਰੱਖਿਆਏ 45 ਦੇ 45 ਗਾਰਡ ਨਵਜੋਤ ਸਿੰਘ ਸਿੱਧੂ ਦੇ ਨਾਲ ਹੀ ਰਹਿਣਗੇ ਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਦੋ ਸੁਰੱਖਿਆ ਕਰਮੀਆਂ ਉਹਨਾਂ ਦੇ ਘਾਰੇ ਤਨਾਤ ਰਹਿਣਗੇ ਤਾਂ ਵੱਡੀ ਜਾਣਕਾਰੀ ਨਵਜੋਤ ਸਿੰਘ ਸਿੱਧੂ ਦੀ ਸਿਹਤ ਤੇ ਸੁਰੱਖਿਆ ਦੇ ਨਾਲ ਜੁੜੀ ਹੋਈ ਸਿਹਤ ਵਿਗੜੀ ਹੈ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਜੇਲ੍ਹ ਦੇ ਵਿੱਚ ਜਿਸ ਤੋਂ ਬਾਅਦ ਰਜਿੰਦਰਾ ਹਸਪਤਾਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਂਦਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਸਿੱਧੀਆਂ ਤਸਵੀਰਾਂ ਨੇ ਰਜਿੰਦਰਾ ਹਸਪਤਾਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਚੈੱਕਅਪ ਤੇ ਮੈਡੀਕਲ ਕੀਤਾ ਜਾਣਾ ਜਿਸ ਤੋਂ ਬਾਅਦ ਡਾਕਟਰਾਂ ਦੀ ਟੀਮ ਮਾਹਰਾਂ ਦੀ ਟੀਮ ਕੋਰਟ ਦੇ ਵਿੱਚ ਰਿਪੋਰਟ ਸਬਮਿਟ ਕਰੇਗੀ ਨਵਜੋਤ ਸਿੰਘ ਸਿੱਧੂ ਦੀ ਸਿਹਤ ਨੂੰ ਲੈ ਕੇ ਤਾਂ 1 ਸਾਲ ਦੀ ਸਜ਼ਾ ਹੋਈ ਸੀ ਰੋਡ ਰੇਜ ਮਾਮਲੇ ਦੇ ਵਿੱਚ 1988 ਰੋਡ ਰੇਜ ਮਾਮਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ 1 ਸਾਲ ਦੀ ਸਜ਼ਾ ਹੁੰਦੀ ਹੈ ਹਾਲਾਂਕਿ ਇਹ ਵੀ ਉਹਨਾਂ ਦੇ ਕੋਲ ਵਿਕਲਪ ਹੈ ਚੰਗਾ ਵਿਵਹਾਰ ਚੰਗੇ ਵਤੀਰੇ ਦੇ ਕਰਕੇ ਵੀ ਨਵਜੋਤ ਸਿੰਘ ਸਿੱਧੂ ਦੀ ਸਜ਼ਾ ਘਟਾਈ ਜਾ ਸਕਦੀ ਹੈ ਤਾਂ ਫਿਲਹਾਲ ਪਟਿਆਲਾ ਜੇਲ੍ਹ ਦੇ ਵਿੱਚ ਰੱਖੇ ਗਏ ਸੀ ਨਵਜੋਤ ਸਿੰਘ ਸਿੱਧੂ ਜਿੱਥੇ ਸਿਹਤ ਵਿਗੜਨ ਕਰਕੇ ਹੁਣ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਲੈ ਕੇ ਆਂਦਾ ਗਿਆ ਤੇ ਨਾਲ ਦੀ ਨਾਲ ਸੁਰੱਖਿਆ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਕਿ ਸੁਰੱਖਿਆ ਉਸੇ ਤਰੀਕੇ ਕਾਇਮ ਰਹੇਗੀ 45 ਦੇ 45 ਸੁਰੱਖਿਆ ਗਾਰਡ ਫਰਲੋ ਜਾਂ ਪਰੋਲ ਤੇ ਸਿੱਧੂ ਬਾਹਰ ਆਉਂਦੇ ਨੇ ਤਾਂ ਜੇਲ੍ਹ ਦੇ ਗੇਟ ਤੋਂ ਵੀ ਸਿੱਧੂ ਦੇ ਨਾਲ ਤੁਰਨਗੇ ਸੁਰੱਖਿਆ ਵਾਪਸ ਨਹੀਂ ਲਈ ਗਈ ਦੋ ਸੁਰੱਖਿਆ ਕਰਮੀ ਉਹਨਾਂ ਦੇ ਘਰੇ ਉਸੇ ਤਰੀਕੇ ਤਣਾਤ ਵੀ ਰਹਿਣਗੇ ਕਬੱਡੀ ਜਾਣਕਾਰੀ ਸਿੱਧੂ ਦੇ ਨਾਲ ਜੁੜੀ ਹੋਈ ਸਿਹਤ ਖਰਾਬ ਹੋਈ ਹੈ ਪਟਿਆਲਾ ਜੇਲ੍ਹ ਦੇ ਵਿੱਚ ਤੇ ਰਜਿੰਦਰਾ ਹਸਪਤਾਲ ਲੈ ਕੇ ਆਂਦਾ ਗਿਆ ਇਸੇ ਪਰ ਉਦੋਂ ਉਹ ਮੰਗ ਦੇ ਉੱਤੇ ਪ੍ਰਵਾਨਗੀ ਨਹੀਂ ਮਿਲੀ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਤੇ ਹੁਣ ਜੇਲ੍ਹ ਦੇ ਅੰਦਰ ਸਿੱਧੂ ਦੀ ਤਬੀਅਤ ਖਰਾਬ ਹੋਈ ਆ ਜਿਸ ਤੋਂ ਬਾਅਦ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਲਿਆਂਦਾ ਗਿਆ ਨਵਜੋਤ ਸਿੰਘ ਸਿੱਧੂ ਚੈੱਕ ਅਪ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਮੈਡੀਕਲ ਵੀ ਅੱਜ ਕਰਵਾਇਆ ਜਾ ਸਕਦਾ ਕੰਪਲੀਟ ਮੈਡੀਕਲ ਜਿਸ ਤੋਂ ਬਾਅਦ ਜਿਹੜਾ ਕੀ ਹੈ ਖਾਸ ਤੌਰ ਤੇ ਕੋਈ ਨਵਾਂ ਫੈਸਲਾ ਵੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆ ਸਕਦਾ ਹੈ ਪਹਿਲਾਂ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਖਾਸ ਤੌਰ ਤੇ ਡਾਕਟਰਾਂ ਦੀ ਟੀਮ ਵੱਲੋਂ ਜੋ ਹਦਾਇਤ ਦਿੱਤੀ ਗਈ ਉਹੀ ਡਾਇਟ ਖਾਸ ਖਾਣਾ ਨਵਜੋਤ ਸਿੰਘ ਸਿੱਧੂ ਨੂੰ ਮੁਹਈਆ ਕਰਵਾਇਆ ਗਿਆ ਕਿਉਂਕਿ ਨਵਜੋਤ ਸਿੰਘ ਸਿੱਧੂ ਸਿਹਤ ਕਾਰਨਾਂ ਕਰਕੇ ਉਹਨਾਂ ਨੇ ਇਹ ਮੰਗ ਰੱਖੀ ਸੀ ਕਿ ਖਾਸ ਡਾਈਟ ਉਹਨਾਂ ਨੂੰ ਦਿੱਤੀ ਜਾਵੇ ਤਾਂ ਡਾਕਟਰਾਂ ਦੀ ਜਿਹੜਾ ਕੀ ਹੈ ਡਾਕਟਰਾਂ ਦੀ ਰੈਫਰੈਂਸ ਦੇ ਉੱਤੇ ਉਹਨਾਂ ਦੀ ਮੰਗ ਮੰਗੀ ਗਈ ਤਾਂ ਜੇਲ੍ਹ ਦੇ ਵਿੱਚ ਉਹਨਾਂ ਨੂੰ ਖਾਸ ਡਾਈਟ ਵੀ ਦਿੱਤੀ ਜਾ ਰਹੀ ਹੈ ਪਰ ਸਭ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਦੀ ਸਿਹਤ ਖਰਾਬ ਹੋਈ ਹੈ ਪਟਿਆਲਾ ਜੇਲ੍ਹ ਦੇ ਵਿੱਚ ਤੇ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲੈ ਕੇ ਆਂਦਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਵਜੋਤ ਸਿੰਘ ਸਿੱਧੂ ਸੋਡੀ ਸਕਰੀਨ ਦੇ ਉੱਤੇ ਜਿੰਦਰਾ ਹਸਪਤਾਲ ਦੇ ਵਿੱਚ ਲਿਆਂਦੇ ਗਏ ਨੇ ਜਿੱਥੇ ਉਹਨਾਂ ਦਾ ਚੈੱਕਅਪ ਕੀਤਾ ਜਾਣਾ ਤਾਂ ਕੋਰਟ ਦੇ ਵਿੱਚ ਡਾਕਟਰਾਂ ਦੀ ਮਾਹਿਰਾਂ ਦੀ ਟੀਮ ਕੋਰਟ ਦੇ ਵਿੱਚ ਵੀ ਆਪਣੀ ਰਿਪੋਰਟ ਜਿਹੜੀ ਆ ਉਹ ਜਮ੍ਹਾਂ ਕਰਾਏਗੀ ਸਬਮਿਟ ਕਰਾਏਗੀ ਕੋਰਟ ਦੇ ਵਿੱਚ ਵੀ ਡਾਕਟਰਾਂ ਦੀ ਟੀਮ ਨਵਜੋਤ ਸਿੰਘ ਦੀ ਸਿੱਧੂ ਨਵਜੋਤ ਸਿੰਘ ਸਿੱਧੂ ਦੀ ਸਿਹਤ ਨੂੰ ਲੈ ਕੇ ਜਿਹੜਾ ਕੀ ਹੈ ਰਿਪੋਰਟ ਜਮ੍ਹਾਂ ਕਰਾਈ ਜਾਏਗੀ ਤਾਂ ਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਲਿਆਂਦਾ ਗਿਆ ਤਾਂ ਉੱਥੇ ਹੀ ਇੱਕ ਵੱਡੀ ਜਾਣਕਾਰੀ ਸਿੱਧ ਦੇ ਨਾਲ ਨਾਲ ਸੁਰੱਖਿਆ ਨੂੰ ਲੈ ਕੇ ਵੀ ਸਾਹਮਣੇ ਆਈ ਕਿਹਾ ਗਿਆ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਵਾਪਸ ਲੈ ਲਈ ਜਾਵੇਗੀ तकरीबन 45 ਦੇ ਕਰੀਬ ਸੁਰੱਖਿਆ ਗਾਰਡ ਨਵਜੋਤ ਸਿੰਘ ਸਿੱਧੂ ਦੇ ਨਾਲ ਤਾਇਨਾਤ ਹੁੰਦੇ ਨੇ ਪਰ ਹੁਣ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹ ਸਭ ਗਲਤ ਹੈ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਉਸੇ ਤਰੀਕੇ ਕਾਇਮ ਰਹੇਗੀ ਜੇਕਰ ਨਵਜੋਤ ਸਿੰਘ ਸਿੱਧੂ ਫਰਲੋ ਜਾਂ ਪਰੋਲ ਤੇ ਵੀ ਬਾਹਰ ਆਉਂਦੇ ਨੇ ਤਾਂ ਜੇਲ੍ਹ ਦੇ ਗੇਟ ਤੋਂ ਹੀ ਉਹਨਾਂ ਦੇ ਨਾਲ ਉਸੇ ਤਰੀਕੇ ਜੈਡ ਪਲੱਸ ਸੁਰੱਖਿਆ ਜਿਹੜੀ ਹੈ 45 ਸੁਰੱਖਿਆ ਕਰਮੀਆਂ ਉਹਨਾਂ ਦੇ ਨਾਲ ਜੇਲ੍ਹ ਦੇ ਗੇਟ ਤੋਂ ਹੀ ਤਨਾਤ ਹੋਣਗੇ ਮੁਰਤ ਤੋਂ ਸੁਰੱਖਿਆ ਉਹਨਾਂ ਦੀ ਵਾਪਸ ਨਹੀਂ ਲਈ ਜਾਵੇਗੀ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਇਹ ਵੀ ਵੱਡੀ ਖਬਰ ਹੈ ਸਿਹਤ ਦੇ ਨਾਲ-ਨਾਲ ਸੁਰੱਖਿਆ ਨੂੰ ਲੈ ਕੇ ਵੀ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 45 ਦੇ 45 ਸੁਰੱਖਿਆ ਗਾਰਡ ਨਵਜੋਤ ਸਿੰਘ ਸਿੱਧੂ ਦੇ ਨਾਲ ਹੀ ਰਹਿਣਗੇ ਜੇਕਰ ਫਰਲੋ ਜਾਂ ਪਰੋਲ ਤੋਂ ਵੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੇ ਨਵਜੋਤ ਸਿੰਘ ਸਿੱਧੂ ਤਾਂ ਜੇਲ੍ਹ ਦੇ ਗੇਟ ਤੋਂ ਹੀ ਇਹ 45 ਦੇ 45 ਸੁਰੱਖਿਆ ਕਰਮੀ ਨਵਜੋਤ ਸਿੰਘ ਸਿੱਧੂ ਦੇ ਨਾਲ ਤਨਾਤ ਹੋਣਗੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਜੇਲ੍ਹ ਦੇ ਵਿੱਚ ਨੇ ਤਾਂ ਦੋ ਸੁਰੱਖਿਆ ਕਰਮੀ ਉਹਨਾਂ ਦੇ ਘਰ ਦੇ ਬਾਹਰ ਵੀ ਹਮੇਸ਼ਾ ਤਨਾਤ ਰਹਿਣਗੇ ਤਾਂ ਪਹਿਲਾਂ ਚਰਚਾ ਦੇ ਵਿੱਚ ਜੋ ਗੱਲ ਆਈ ਸੀ ਉਹ ਗਲਤ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਜੱਡ ਪਲੱਸ ਰੱਖਿਆ ਨਵਜੋਤ ਸਿੰਘ ਸਿੱਧੂ ਦੀ ਉਸੇ ਤਰੀਕੇ ਕਾਇਮ ਰਹੇਗੀ ਤਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਸੁਰੱਖਿਆਦਾਰੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂਰ ਜਿੰਦਰਾ ਹਸਪਤਾਲ ਲੈ ਕੇ ਆਂਦਾ ਗਿਆ ਸਿਹਤ ਖਰਾਬ ਹੋਈਆ ਸੇਤ ਕਾਰਨਾ ਕਰਕੇ ਪਹਿਲਾਂ ਵੀ ਨਵਜੋਤ ਸਮਾਂ ਮੰਗ ਰਾਇ ਸੀ ਸਰੈਂਡਰ ਕਰਨ ਵਾਸਤੇ ਇੱਕ ਹਫਤਾ ਹੋਰ ਮੰਗ ਰਾਇ ਸੀ ਨਵਜੋਤ ਸਿੰਘ ਸਿੱਧੂ ਕਿਹਾ ਸੀ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਜਿਸ ਤੋਂ ਬਾਅਦ ਹਾਲਾਂਕਿ ਉਹਨਾਂ ਦੀ ਮੰਗ ਪ੍ਰਵਾਨਗੀ ਨਹੀਂ ਮਿਲੀ ਉਹਨਾਂ ਦੀ ਮੰਗ ਨੂੰ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਭੇਜੇ ਗਏ ਤਾਂ ਪਟਿਆਲਾ ਜੇਲ੍ਹ ਦੇ ਵਿੱਚ ਸਿਹਤ ਖਰਾਬ ਹੋਈ ਜਿਸ ਤੋਂ ਬਾਅਦ ਹੁਣ ਇਸ ਵੇਲੇ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਰਜਿੰਦਰਾ ਹਸਪਤਾਲ ਤੋਂ ਨੇ ਜਿੱਥੇ ਨਵਜੋਤ ਸਿੰਘ ਸਿੱਧੂ ਦਾ ਚੈੱਕਅਪ ਕੀਤਾ ਜਾਣਾ ਹੈ ਕੰਪਲੀਟ ਮੈਡੀਕਲ ਵੀ ਹੋਏਗਾ ਜਿਸ ਤੋਂ ਬਾਅਦ ਡਾਕਟਰਾਂ ਦੀ ਮਾਹਰਾਂ ਦੀ ਟੀਮ ਕੋਰਟ ਦੇ ਵਿੱਚ ਆਪਣੀ ਰਿਪੋਰਟ ਸਬਮਿਟ ਕਰੇਗੀ ਰਿਪੋਰਟ ਜਮ੍ਹਾਂ ਕਰਾਏਗੀ ਨਵਜੋਤ ਸਿੰਘ ਸਿੱਧੂ ਦੀ ਸਿਹਤ ਨੂੰ ਲੈ ਕੇ ਜੇਲ੍ਹ ਦੇ ਵਿੱਚ ਹੁੰਦਿਆ ਖਾਸ ਡਾਈਟ ਖਾਸ ਖਾਣਕ ਦੀ ਮੰਗ ਵੀ ਕੀਤੀ ਗਈ ਸੀ ਸਿੱਧੂ ਵੱਲੋਂ ਜਿਸ ਉੱਤੇ ਮਾਹਰਾਂ ਨੇ ਮਹਾਰਾ ਨੇ ਰੈਫਰੈਂਸ ਦਿੱਤੀ ਸੀ ਮਹਾਰਾ ਦੇ ਕਹਿਣ ਦੇ ਉੱਤੇ ਡਾਕਟਰਾਂ ਦੇ ਕਹਿਣ ਦੇ ਉੱਤੇ ਉਹਨਾਂ ਨੂੰ ਖਾਸ ਡਾਈਟ ਦੇ ਦੀ ਪ੍ਰਵਾਨਗੀ ਵੀ ਮਿਲ ਗਈ ਹੱਥ ਪਰ ਨਵਜੋਤ ਸਿੰਘ ਵੱਡੀ ਖਬਰ ਹੈ ਇਸ ਵੇਲੇ ਦੀ ਨਵਜੋਤ ਸਿੰਘ ਸਿੱਧੂ ਨੂੰ ਪਟਾਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਕੋਰਟ ਦੇ ਕਹਿਣ ਦੇ ਉੱਤੇ ਕੋਰਟ ਦੇ ਹਦਾਇਤਾਂ ਦੇ ਤਹਿਤ ਮੈਡੀਕਲ ਬੋਰਡ ਬਣੇਗਾ ਡਾਕਟਰਾਂ ਮਹਾਰਾ ਦੀ ਇੱਕ ਟੀਮ ਨਵਜੋਤ ਸਿੰਘ ਸਿੱਧੂ ਦੀ ਸਿਹਤ ਨਾਲ ਜੁੜੇ ਸਾਰੇ ਟੈਸਟ ਕਰੇਗੀ ਚੈੱਕਅਪ ਕਰੇਗੀ ਕੰਪਲੀਟ ਮੈਡੀਕਲ ਕੀਤਾ ਜਾਏਗਾ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਵੀ ਹਵਾਲਾ ਦਿੱਤਾ ਸੀ ਤੇ ਗ੍ਰਿਫਤਾਰੀ ਲਈ ਵਧੇਰਾ ਸਮਾਂ ਮੰਗਿਆ ਸੀ ਇੱਕ ਹਫਤੇ ਦਾ ਵੱਧ ਸਮਾਂ ਮੰਗਿਆ ਸੀ ਨਵਜੋਤ ਸਿੰਘ ਸਿੱਧੂ ਨੇ ਗ੍ਰਿਫਤਾਰੀ ਦੇਣ ਤੋਂ ਪਹਿਲਾਂ ਪਰ ਕੋਰਟ ਨੇ ਉਦੋਂ ਪ੍ਰਵਾਨਗੀ ਨਹੀਂ ਦਿੱਤੀ ਸੀ ਤਾਂ ਹੁਣ ਕੋਰਟ ਦੇ ਹੁਕਮਾਂ ਦੇ ਤਹਿਤ ਨਵਜੋਤ ਸਿੰਘ ਸਿੱਧੂ ਨੂੰ ਰਜਿੰਦਰਾ ਹਸਪਤਾਲ ਲਿਆਂਦਾ ਗਿਆ ਜਿੱਥੇ ਮੈਡੀਕਲ ਬੋਰਡ ਬਣੇਗਾ ਬਕਾਇਦਾ ਤੌਰ ਤੇ ਇੱਕ ਟੀਮ ਮਾਹਰਾਂ ਦੀ ਨਵਜੋਤ ਸਿੰਘ ਸਿੱਧੂ ਦੀ ਸਿਹਤ ਦਾ ਜਾਇਜ਼ਾ ਲਏਗੀ ਚੈੱਕਅਪ ਕੀਤੇ ਜਾਣਗੇ ਇੱਕ ਰਿਪੋਰਟ ਤਿਆਰ ਕੀਤੀ ਜਾਏਗੀ ਰਿਪੋਰਟ ਕੋਰਟ ਦੇ ਵਿੱਚ ਜਮ੍ਹਾਂ ਹੋਏਗੀ ਕੋਰਟ ਦੇ ਵਿੱਚ ਸਬਮਿਟ ਹੋਏਗੀ ਜਿੱਥੇ ਆ ਜਿਹੜਾ ਕੀ ਆ ਦੱਸਿਆ ਜਾਏਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਸ-ਕਿਸ ਚੀਜ਼ ਤੋਂ ਅਲਰਜੀ ਹੈ ਕੀ ਕੀ ਸਮੱਸਿਆ ਹੈ ਜਿਸ ਦੇ ਤਹਿਤ ਨਵਜੋਤ ਸਿੰਘ ਸਿੱਧੂ ਲਈ ਖਾਸ ਡਾਈਟ ਜਾਂ ਫਿਰ ਖਾਸ ਦਵਾਈ ਮੈਡੀਕੇਸ਼ਨ ਕੀ ਕੀ ਹਦਾਇਤਾਂ ਲਾਗੂ ਹੋਣਗੀਆਂ ਜੇਲ੍ਹ ਦੇ ਵਿੱਚ ਉਹ ਸਭ ਕੁਝ ਤਿਆਰ ਕੀਤਾ ਜਾਣਾ ਹੈ ਤਾਂ ਇਹ ਆਦੇਸ਼ ਜਿਹੜੇ ਨੇ ਕੋਰਟ ਦੇ ਹੀ ਨੇ ਕੋਰਟ ਦੇ ਆਦੇਸ਼ਾਂ ਦੇ ਉੱਤੇ ਨਵਜੋਤ ਸਿੰਘ ਸਿੱਧੂ ਰਜਿੰਦਰਾ ਹਸਪਤਾਲਿਆਂ ਤੇ ਗਏ ਨੇ ਹੁਣ ਦੀ ਵੱਡੀ ਖਬਰ ਕੋਰਟ ਦੇ ਹੁਕਮਾਂ ਦੇ ਤਹਿਤ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਜੇਲ੍ਹ ਦੇ ਵਿੱਚੋਂ ਰਜਿੰਦਰਾ ਹਸਪਤਾਲ ਲੈ ਕੇ ਆਂਦਾ ਗਿਆ ਜਿੱਥੇ ਉਹਨਾਂ ਦੇ ਚੈੱਕਅਪ ਹੋਣਗੇ ਮੈਡੀਕਲ ਕੀਤਾ ਜਾਏਗਾ ਮੈਡੀਕਲ ਬੋਰਡ ਉਚੇਚੇ ਤੌਰ ਤੇ ਕੋਰਟ ਦੇ ਹੁਕਮਾਂ ਦੇ ਤਹਿਤ ਤਿਆਰ ਹੋਵੇਗਾ ਮਾਹਰਾਂ ਦੀ ਟੀਮ ਨਵਜੋਤ ਸਿੰਘ ਸਿੱਧੂ ਦੇ ਨਾਲ ਜਿਹੜਾ ਕੀ ਹੈ ਜੁੜੀ ਰਹੇਗੀ ਚੈੱਕਅਪ ਕੀਤੇ ਜਾਣਗੇ ਕੰਪਲੀਟ ਮੈਡੀਕਲ ਹੋਏਗਾ ਕੀ ਕੀ ਸਮੱਸਿਆ ਨਵਜੋਤ ਸਿੰਘ ਸਿੱਧੂ ਨੂੰ ਇਸ ਵੇਲੇ ਆ ਰਹੀ ਹੈ ਕੀ ਕਿਸੇ ਚੀਜ਼ ਤੋਂ ਅਲਰਜੀ ਹੈ ਕੀ ਆ ਜੋ ਵੀ ਉਹਨਾਂ ਦੀ ਬਿਮਾਰੀ ਹੈ ਜੋ ਕੰਡੀਸ਼ਨ ਹੈ ਉਸ ਦੇ ਨਾਲ ਕੀ ਕੁਝ ਕੀਤਾ ਜਾ ਸਕਦਾ ਹੈ ਬਿਮਾਰੀ ਦੇ ਵਿੱਚ ਮੈਡੀਕਲ ਬੋਰਡ ਤਿਆਰ ਹੋਏਗਾ ਕੋਰਟ ਦੇ ਵਿੱਚ ਰਿਪੋਰਟ ਸਬਮਿਟ ਕਰਨਗੇ ਡਾਕਟਰ ਮਾਹਰ ਜਿਸ ਲਈ ਨਵਜੋਤ ਸਿੰਘ ਸਿੱਧੂ ਨੂੰ ਲਿਆਂਦਾ ਗਿਆ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਤੇ ਨਾਲ ਹੀ ਨਵਜੋਤ ਸਿੰਘ ਸਿੱਧੂ ਨਾਲ ਜੁੜੀ ਹੋਈ ਇੱਕ ਹੋਰ ਵੱਡੀ ਖਬਰ ਹੈ ਸੁਰੱਖਿਆ ਦੇ ਨਾਲ ਜੁੜੀ ਹੋਈ ਕਿ ਨਵਜੋਤ ਸਿੰਘ ਸਿੱਧੂ ਦੇ 45 ਦੇ 45 ਸੁਰੱਖਿਆ ਕਰਮੀ ਉਸੇ ਤਰੀਕੇ ਉਹਨਾਂ ਦੇ ਨਾਲ ਤਨਾਤ ਰਹਿਣਗੇ ਪਹਿਲਾਂ ਚਰਚਾ ਦੇ ਵਿੱਚ ਆਇਆ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਵਾਪਸ ਲੈ ਲਈ ਜਾਵੇਗੀ ਪਰ ਉਹ ਗਲਤ ਹੈ ਹੁਣ ਜੋ ਗੱਲ ਸਾਹਮਣੇ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਉਸੇ ਤਰੀਕੇ ਕਾਇਮ ਰਹੇਗੀ ਜੈਡ ਪਲੱਸ ਸੁਰੱਖਿਆ ਤੇ ਪਟਿਆਲਾ ਜੇਲ੍ਹ ਤੋਂ ਜੇਕਰ ਪਰੋਲ ਜਾਂ ਫਰਲੋ ਉੱਤੇ ਵੀ ਨਵਜੋਤ ਸਿੰਘ ਸਿੱਧੂ ਬਾਹਰ ਆਉਂਦੇ ਨੇ ਤਾਂ ਜੇਲ੍ਹ ਦੇ ਗੇਟ ਤੋਂ ਹੀ ਉਹਨਾਂ ਦੇ ਨਾਲ 45 ਦੇ 45 ਸੁਰੱਖਿਆ ਕਰਮੀ ਉਸੇ ਤਰੀਕੇ ਤਨਾਤ ਰਹਿਣਗੇ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਭਾਵੇਂ ਜਦੋਂ ਨਵਜੋਤ ਸਿੰਘ ਸਿੱਧੂ ਜੇਲ੍ਹ ਦੇ ਵਿੱਚ ਹੋਣਗੇ ਤਾਂ ਦੋ ਸੁਰੱਖਿਆ ਕਰਮੀ ਉਹਨਾਂ ਦੇ ਘਰੇ ਵੀ ਤਨਾਤ ਰਹਿਣਗੇ ਫਿਲਹਾਲ ਦੀ ਜੋ ਵੱਡੀ ਅਪਡੇਟ ਹੈ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਉਸੇ ਤਰੀਕੇ ਕਾਇਮ ਰਹੇਗੀ ਤੇ ਨਵਜੋਤ ਸਿੰਘ ਸਿੱਧੂ ਦੀ ਸਿਹਤ ਸਿਹਤ ਨੂੰ ਲੈ ਕੇ ਕੋਰਟ ਵੱਲੋਂ ਆਦੇਸ਼ ਜਾਰੀ ਹੋਏ ਸੀ ਕਿਉਂਕਿ ਜੇਲ੍ਹ ਦੇ ਵਿੱਚ ਖਾਸ ਡਾਈਟ ਦੀ ਮੰਗ ਵੀ ਕੀਤੀ ਗਈ ਸੀ ਨਵਜੋਤ ਸਿੰਘ ਸਿੱਧੂ ਦੇ ਪੱਖ ਵੱਲੋਂ ਤਾਂ ਉਸ ਤੋਂ ਬਾਅਦ ਕੋਰਟ ਵੱਲੋਂ ਦੇਸ਼ ਜਾਰੀ ਹੋਏ ਨੇ ਕਿ ਇੱਕ ਮੈਡੀਕਲ ਬੋਰਡ ਉੱਚੇ ਚੇਤੇ ਤੌਰ ਤੇ ਇੱਕ ਟੀਮ ਤਿਆਰ ਕੀਤੀ ਜਾਏਗੀ ਜੋ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਜਿਹੜਾ ਕੀ ਹੈ ਉਹਨਾਂ ਦੀ ਸਿਹਤ ਦਾ ਖਿਆਲ ਰੱਖੇਗੀ ਚੈੱਕਅਪ ਕੀਤੇ ਜਾਣਗੇ ਟੈਸਟ ਹੋਣਗੇ ਕੰਪਲੀਟ ਮੈਡੀਕਲ ਕੀਤਾ ਜਾਏਗਾ ਤੇ ਫਿਰ ਇਹੀ ਡਾਕਟਰਾਂ ਮਾਹਰਾਂ ਦੀ ਟੀਮ ਕੋਰਟ ਦੇ ਵਿੱਚ ਆਪਣੀ ਰਿਪੋਰਟ ਜਮ੍ਹਾਂ ਕਰਾਏਗੀ ਸਬਮਿਟ ਕਰਾਏਗੀ ਕਿ ਨਵਜੋਤ ਸਿੰਘ ਸਿੱਧੂ ਨੂੰ ਕੀ ਕੀ ਪਰੇਸ਼ਾਨੀਆਂ ਨੇ ਬਿਮਾਰੀ ਦੇ ਕਿੱਥੇ ਤੱਕ ਕੀ ਹਾਲਾਤ ਨੇ ਜਿਸ ਤੋਂ ਬਾਅਦ ਖਾਸ ਡਾਈਟ ਖਾਸ ਹਦਾਇਤਾਂ ਜੇਲ੍ਹ ਦੇ ਵਿੱਚ ਰਹਿੰਦਿਆਂ ਹੋਇਆਂ ਖਾਸ ਮੈਡੀਕੇਸ਼ਨ ਹਰ ਇੱਕ ਜਿਹੜਾ ਕੀ ਹੈ ਲਿਸਟ ਜਿਹੜੀ ਆ ਤਿਆਰ ਹੋਵੇਗੀ ਕੋਰਟ ਦੇ ਹੁਕਮ ਜਾਰੀ ਹੋਣਗੇ ਪਰ ਫਿਲਹਾਲ ਰਜਿੰਦਰਾ ਹਸਪਤਾਲਿਆਂ ਦਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲੈ ਕੇ ਆਂਦਾ ਗਿਆ ਪਟਿਆਲਾ ਜੇਲ੍ਹ ਦੇ ਵਿੱਚੋਂ ਰਜਿੰਦਰਾ ਹਸਪਤਾਲ ਲੈ ਕੇ ਆਂਦਾ ਗਿਆ ਨਵਜੋਤ ਸਿੰਘ ਸਿੱਧੂ ਨੂੰ ਜਿੱਥੇ ਉਹਨਾਂ ਦਾ ਕੀ ਹੁਣ ਕੰਪਲੀਟ ਚੈੱਕਅਪ ਮੈਡੀਕਲ ਬੋਰਡ ਤਿਆਰ ਹੋਇਆ ਜਿੱਥੇ ਉਹਨਾਂ ਦਾ ਟੈਸਟ ਕੀਤਾ ਜਾ ਰਿਹਾ